ਨਾਮ ਕੀ ਆ? ਅਮਰੀਤ ਸਿੰਘ। ਕਿੱਥੋਂ ਦੇ ਵਾਸੀ ਹੋ? ਪਿੰਡ ਠੱਠੀਆਂ ਜੰਡਿਆਲਾ ਕੋਲ। ਕੀ ਸਰ ਜਿਹੜਾ ਦੁੱਧ ਦਾ ਉਹਦਾ ਇੱਕ ਵਾਰ ਕੀ ਕਹਿਣਾ? ਦੁੱਧ ਬਾਰੇ ਇਹ ਕਹਿਣਾ ਚਾਹੁੰਦੇ ਜਿਹੜੇ ਅਸਲੀ ਮਾਲ ਸਾਂਭਣ ਵਾਲੇ ਆ, ਮਾਲ ਦੀ ਸਾਂਭ ਸੰਭਾਲ ਕਰਦੇ, ਸਵੇਰ ਦੇ 3 ਵਜੇ ਤੋਂ ਉੱਠ ਕੇ 4 ਵਜੇ ਤੱਕ ਗੋਹਾ ਢੋਂਦੇ, ਟੇਕੋ ਕਰਦੇ, ਉਹਨਾਂ ਨੂੰ ਦੁੱਧ ਦਾ ਰੇਟ ਨਹੀਂ ਮਿਲਦਾ। ਡੁਪਲੀਕੇਟ ਦੁੱਧ ਆ ਉਹ ਸਸਤਾ ਮਿਲੀ ਜਾਂਦਾ, ਦੋ ਡੇਢ ਸੌ ਨੂੰ ਪਨੀਰ ਵਿਕੀ ਜਾਂਦਾ। ਉਹ ਕਿੱਥੋਂ ਇਹ 400 ਨੂੰ ਪਨੀਰ ਵੀ ਬਾਰਾ ਨਹੀਂ ਖਾਂਦਾ ਜਿਹੜਾ ਦੁੱਧ ਚ ਨੇ ਪੈਦਾ ਕਰਨਾ। ਡੇਅਰੀ ਵਾਲੇ ਨਹੀਂ ਤੁਹਾਨੂੰ ਰੇਟ ਦੇ ਰਹੇ ਪੂਰਾ? ਡੇਅਰੀ ਵਾਲੇ ਵੀ ਨਹੀਂ ਸਾਨੂੰ ਰੇਟ ਦੇ ਰਹੇ। ਅਤੇ ਮੰਗ ਕੀ ਤੁਹਾਡੀ ਹੁਣ ਸਰ? ਮੰਗ ਆ ਸਾਨੂੰ 50 ਰੁਪਏ ਕਿਲੋ ਰੇਟ ਦੁੱਧ ਚਾਹੀਦਾ ਸਾਨੂੰ 5 ਫੈਟ ਦਾ। ਜੇ ਤੁਹਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਕੀ ਨਹੀਂ ਦਿੰਦੇ ਤੁਸੀਂ? ਸਾਰਾ ਦੁੱਧ ਬੰਦ ਕਰਾਂਗੇ। ਮੇਰਾ ਨਾਮ ਰਣਜੀਤ ਸਿੰਘ। ਕਿੱਥੋਂ ਦੇ ਵਾਸੀ? ਪਿੰਡ ਚਾਟੀ ਪਿੰਡ। ਸਰ ਕੀ ਹੋਇਆ ਅੱਜ? ਹੋਇਆ ਸਰ ਅੱਜ ਇਹ ਆ ਬਈ ਦੁੱਧ ਦਾ ਰੇਟ ਸਾਨੂੰ ਸ਼ਹਿਰ ਦੇ ਵਿੱਚੋਂ ਨਹੀਂ ਮਿਲ ਰਿਹਾ। 40-45 ਰੁਪਏ ਛੇ ਦਾ ਸਾਨੂੰ ਦੁੱਧ ਮਿਲ ਰਿਹਾ, ਜਿਹਦੇ ਪ੍ਰਾਈਵੇਟ ਕੰਪਨੀਆਂ ਸਾਨੂੰ 50-55 ਰੁਪਏ ਰੇਟ ਦੇਣ ਡੀਆਂ ਵਾ। ਕਿ ਅਸੀਂ ਸ਼ਹਿਰ ਦੇ ਵਿੱਚ ਦੁੱਧ ਪਾਉਣ ਦੇ ਕਾਰਨ ਇਹਨਾਂ ਡੇਅਰੀਆਂ ਵਾਲਿਆਂ ਕੋਲ ਬਹੁਤ ਜ਼ਿਆਦਾ ਦੁਖੀ ਹੋ ਚੁੱਕੇ ਹਾਂ। ਅਸੀਂ ਇਹਨਾਂ ਕਿਹੜੀ ਤਰਲੇ ਮਿਹਨਤ ਕੀਤੇ ਵੀ ਸਾਡਾ ਰੇਟ ਵਧਾਓ, ਇਹ ਚੱਕਰ ਦੇ ਵਿੱਚ ਨਹੀਂ ਪਏ। ਸਾਨੂੰ ਫਿਰ ਕਹਿਣ ਲੱਗੇ ਵੀ ਤੁਹਾਡਾ ਜਿੱਦਾਂ ਜੀ ਕਰਦਾ ਦੁੱਧ ਪਾ ਲਓ, ਅਸੀਂ ਹਾਰ ਕੇ ਹੜਤਾਲ ਕਰਦੀ ਆ। ਜੇ ਭਾਅ ਜੀ ਅੱਜ ਖਲ ਲੈ ਚੱਲੋ, ਐਦੋਂ ਪਿਛਲੇ ਸਾਲ ਖਲ 18 ਰੁਪਏ ਕਿਲੋ ਸੀ, ਅੱਜ ਉਹ ਖਲ 40 ਰੁਪਏ ਕਿਲੋ ਆ। ਜੇ ਤੂੜੀ ਪਿਛਲੇ ਸਾਲ 350 ਨੂੰ ਕੁਇੰਟਲ ਸੀ, ਅੱਜ ਉਹ 550 ਨੂੰ ਕੁਇੰਟਲ ਆ।